ਸਤਿ ਸ੍ਰੀ ਅਕਾਲ ਦੋਸਤੋ ਟਰਬਨ ਗਿੰਗ ਪ੍ਰਦੀਪ ਗਹਿਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਾਜ ਦੀ ਹੈਲਪ ਦੇ ਨਾਲ ਤੁਸੀਂ ਪੱਗ ਦੀ ਸਫਾਈ ਜਿਹੜੀ ਕਿਸ ਤਰੀਕੇ ਨਾਲ ਕਰ ਸਕਦੇ ਹੋ ਤੁਹਾਨੂੰ ਦੱਸਿਆ ਜਾਵੇਗਾ ਤੁਸੀਂ ਦੇਖੋ ਇਸ ਤਰੀਕੇ ਨਾਲ ਬਾਜ ਨੂੰ ਜਦ ਤੁਸੀਂ ਉੱਪਰ ਲੜਦੇ ਮਾਰਦੇ ਹੋ ਤਾਂ ਲੜਦੇ ਵਿੱਚ ਜਿਹੜੇ ਬਾਟ ਉੱਪਰਲੀ ਸਾਈਡ ਹੁੰਦੇ ਆ ਉਹ ਨਿਕਲ ਜਾਂਦੇ ਨੇ ਇਸ ਤੋਂ ਬਿਨਾਂ ਜਦੋਂ ਬਾਜ ਦੇ ਵਿੱਚ ਉਧਾਂ ਬਾਜ ਫੇਰਨਾ ਤੁਸੀਂ ਦੇਖੋ ਇਸ ਤਰੀਕੇ ਨਾਲ ਉੱਪਰ ਵੱਲ ਤੋਂ ਥੱਲੇ ਵੱਲ ਨੂੰ ਔਰ ਥੱਲੇ ਵੱਲ ਤੋਂ ਉੱਪਰ ਵੱਲ ਨੂੰ ਤੁਸੀਂ ਬਾਜ ਦੀ ਜਿਹੜੀ ਕਿ ਵਰਤੋਂ ਆ ਕਰਨੀ ਹੈ ਬਾਹਰਲੀ ਸਾਈਡ ਤੋਂ ਉੱਪਰ ਵੱਲ ਨੂੰ ਚੱਕਿਆ ਹੋਇਆ ਬਾਜ ਰਹੇਗਾ ਤਾਂ ਕਿ ਜਿਹੜੀ ਪ੍ਰੋਪਰ ਸਫਾਈ ਆ ਉਹ ਤੁਹਾਡੀ ਪੱਗ ਦੀ ਹੋ ਜਾਵੇ। ਸੋ ਤੁਸੀਂ ਦੇਖ ਸਕਦੇ ਹੋ ਫਿਰ ਤੋਂ ਸਾਰੇ ਹੀ ਵੇਚ ਆਪਾਂ ਜਿਹੜੇ ਕਿ ਇਸ ਪੱਗ ਦੇ ਸੈੱਟ ਕਰਾਂਗੇ। ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਅੱਜ ਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਤਾਂ ਕਿ ਸਾਰੇ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ। ਜੇਕਰ ਤੁਹਾਨੂੰ ਵੀ ਪੱਗ ਬੰਨ੍ਹਦੇ ਟਾਈਮ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਟੌਪਿਕ ਤੇ ਜਰੂਰ ਵੀਡੀਓ ਪਾਵਾਂਗੇ। ਸੋ ਲੜ ਨੂੰ ਤੁਸੀਂ ਦੇਖੋ ਪਹਿਲਾਂ ਫਰੰਟ ਤੋਂ ਕਰਨਾ ਔਰ ਫਿਰ ਬੈਕ ਸਾਈਡ ਤੋਂ ਸੈੱਟ ਕਰਨਾ ਔਰ ਥੱਲੇ ਨੂੰ ਲੜ ਖਿੱਚਣਾ ਔਰ ਜੇਕਰ ਤੁਸੀਂ ਲੜ ਦੇ ਵਿੱਚ ਸਫਾਈ ਲੈ ਕੇ ਆਉਣੀ ਹੈ ਤਾਂ ਉਸ ਦੇ ਉੱਪਰ ਵਾਲੀ ਸਾਈਡ ਹੱਥ ਫੇਰਨਾ ਇੱਕ ਵਾਰ ਪਹਿਲਾਂ ਬਾਜ ਦੀ ਹੈਲਪ ਦੇ ਨਾਲ ਸੈਟਿੰਗ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਹੱਥ ਫੇਰਾਂਗੇ ਤਾਂ ਕਿ ਪ੍ਰੋਪਰ ਸਫਾਈ ਹੋ ਜਾਵੇਗੀ ਤੁਸੀਂ ਇੱਥੇ ਫਿਰ ਦੇਖ ਸਕਦੇ ਹੋ ਜਿਹੜੀ ਬਾਜ ਦੀ ਵਰਤੋਂ ਕਿਸ ਤਰੀਕੇ ਨਾਲ ਕਰਨੀ ਹੈ ਜਿਹੜਾ ਫਰੰਟ ਫਰੰਟ ਤੋਂ ਥੋੜਾ ਜਿਹਾ ਬਾਹਰਲੀ ਸਾਈਡ ਤੋਂ ਉੱਪਰ ਵੱਲ ਨੂੰ ਬਾਜ ਜਿਹੜਾ ਕਿ ਚੱਕ ਕੇ ਰੱਖਣਾ ਜੋ ਤੁਸੀਂ ਇਸ ਟਾਈਮ ਤੁਹਾਨੂੰ ਦੱਸਿਆ ਜਾ ਰਿਹਾ ਇੱਕ ਵਾਰ ਫਰੰਟ ਅੱਧਾ ਜਿਹੜਾ ਪੇਚ ਆ ਸਾਫ਼ ਕਰਨਾ ਇਸ ਤੋਂ ਬਾਅਦ ਅੱਗੇ ਪੇਚ ਸਾਫ਼ ਕਰਨਾ ਪੇਚ ਸਾਫ਼ ਕਰਨ ਤੋਂ ਬਾਅਦ ਇਸ ਤਰੀਕੇ ਦੇ ਨਾਲ ਤੁਸੀਂ ਪਿੰਚ ਕਰਕੇ ਪੇਚ ਦੀ ਜਿਹੜੀ ਸ਼ੇਪ ਆ ਉਹ ਬਰਾਬਰ ਤੇ ਵਧੀਆ ਬਣਾ ਸਕਦੇ ਹੋ ਜੋ ਕਿ ਇਸ ਟਾਈਮ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਅੱਜ ਦੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਸੋ ਤੁਸੀਂ ਤੁਹਾਨੂੰ ਦੇਖ ਸਕਦੇ ਹੋ 100% ਜਿਹੜੀ ਕਿ ਸਫਾਈ ਆ ਉਹ ਆਪਾਂ ਇਹਦੇ ਨਾਲ ਬਾਜ ਦੀ ਹੈਲਪ ਦੇ ਨਾਲ ਕਰ ਸਕਦੇ ਹਾਂ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾਂਦੇ ਜਾਂਦੇ ਕਮੈਂਟ ਵੀ ਜਰੂਰ ਕਰਿਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ